सीनियर अकाली आगू डॉक्टर दलजीत सिंह चीमा ने बीबीएमबी के मुद्दे से केंद्र सरकार को निशाने पर लेंदे कहा कि केंद्र वालों लगातार पंजाब के हकों पर डाके मारे जा रहे हैं, इसको बिल्कुल भी बर्दाश्त नहीं किया जा सकता। उन्होंने कहा कि पंजाब के सीएम चरणजीत चन्नी वालों मामले से वटी गई चुप अज सारे पंजाब के लिए खतरनाक साबित हो रही है। बीबीएमबी के मैंबर अपॉइंट करने शर्तां तब्दील की गई ਇਹ ਪੰਜਾਬ ਦੇ ਹੱਕਾਂ ਦੇ ਉੱਤੇ ਬਹੁਤ ਵੱਡਾ ਟਾਕਾ, ਬੜੀ ਵੱਡੀ ਬੇਇਨਸਾਫੀ ਹੈ ਔਰ ਇਹ ਚੀਜ਼ਾਂ ਫੈਡਰਲਿਜ਼ਮ ਦੇ ਸਿਧਾਂਤ ਤੇ ਬਿਲਕੁਲ ਉਲਟ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਜਿਸ ਤਰੀਕੇ 60-40 ਦੀ ਰੇਸ਼ੋ ਨੂੰ ਡਿਸਟਰਬ ਕਰਕੇ ਵਾਰ ਵਾਰ ਨਿਯੁਕਤੀਆਂ ਜਿਹੜੀਆਂ ਉਹ ਯੂਟੀ ਕੇਡਰ ਦੇ ਅਫਸਰ ਦੀਆਂ ਕੀਤੀਆਂ ਜਾ ਰਹੀਆਂ, ਸਿਟਕੋ ਦਾ MD ਜਿਹੜਾ ਲਗਾਇਆ ਗਿਆ ਉਹ ਵੀ ਜਿਹੜੀ ਹੈ ਸਾਡੇ ਪੰਜਾਬ ਦੇ ਹੱਕਾਂ ਦੇ ਉੱਤੇ ਟਾਕਾ ਬੰਨਣਗਾ। ਜਿੱਥੇ ਕੇਂਦਰ ਸਰਕਾਰ ਜ਼ਿੰਮੇਵਾਰ ਉੱਥੇ ਕਾਂਗਰਸ ਨੂੰ ਵੀ ਆਪਣੀਆਂ ਗੱਲਾਂ ਦਾ ਜਵਾਬ ਨਾਲ ਨਾਲ ਦੇਣਾ ਪੈਣਾ ਕਿ ਜਿਹੜੀ ਜੱਜਮੈਂਟ ਬੀਬੀਐਮਬੀ ਦੇ ਮਾਮਲੇ 'ਚ ਆਈ ਸੀ ਭਾਵੇਂ ਉਹ ਚੇਅਰਮੈਨ ਦੀ ਨਿਯੁਕਤੀ ਦੇ ਸੰਬੰਧ ਵਿੱਚ ਸੀ, ਉਹਨੂੰ ਅੱਗੇ ਸੁਪਰੀਮ ਕੋਰਟ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਜਿਹੜਾ ਚੈਲੰਜ ਕਿਉਂ ਨਹੀਂ ਕੀਤਾ। ਸਿਟਕੋ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਕਹਿ ਰਹੀ ਹੈ ਕਿ 8 ਵਾਰੀ ਅਸੀਂ ਅਫਸਰ ਦਾ ਨਾਮ ਪੰਜਾਬ ਸਰਕਾਰ ਕੋਲੋਂ ਮੰਗਿਆ ਸੀ ਅਤੇ ਜਿਹੜੇ ਮੁੱਖ ਮੰਤਰੀ ਪੰਜਾਬ ਚੰਨੀ ਸਾਹਿਬ ਨੂੰ ਦੱਸਣਾ ਪੈਣਾ ਕਿ ਇਹਨਾਂ ਦੀ ਕੀ ਮਜਬੂਰੀ ਸੀ, ਕਿਤੇ ਦਬਾਅ ਥੱਲੇ ਇਹ ਜਾਣ ਬੁੱਝ ਕੇ ਉੱਥੇ ਅਫਸਰ ਨੂੰ ਨਹੀਂ ਭੇਜਦੇ। ਇਸ ਕਰਕੇ ਕੇਂਦਰ ਸਰਕਾਰ ਆਪਣੀਆਂ ਗੱਲਾਂ ਦਾ ਜਵਾਬ ਦੇਣਾ ਪੈਣਾ, ਜਿਹੜੀ ਸੂਬੇ ਦੀ ਸਰਕਾਰ ਹੈ ਕਾਂਗਰਸ ਦੀ ਸਰਕਾਰ ਹੈ ਇਹਨੂੰ ਆਪਣੀ ਗੱਲਾਂ ਦਾ ਜਵਾਬ ਦੇਣਾ। ਪਰ ਇਹ ਕੁੱਲ ਮਿਲਾ ਕੇ ਦੋਵੇਂ ਜਿਹੜੀਆਂ ਸਰਕਾਰਾਂ ਨੇ ਇਹ ਸਾਡੇ ਪੰਜਾਬੀਆਂ ਦੇ ਹੱਕਾਂ ਦਾ ਜਿਹੜਾ ਉਹ ਨੁਕਸਾਨ ਕਰ ਰਹੇ।